आनंद अराधी है होवे आनंद घना संत जना मिल पाई है रसना नाम पना चेत बसंत भला पवर सुहावड़े बन फूले मंझ बार मैं पिर कर बाहुड़ै सन्मान जो सतगुरु जी दी पावन पवित्र गोदा आनंद माण रहे गुरु सवारे खालसा जी गज बज के फतेह प्रवान करो वाहिगुरु जी का खालसा वाहिगुरु जी की फतेह। सतगुरु ने बख्शिश की है आप सारिया सतगुरु जी की पावन पवित्र गोद अंदर मिल बैठन का यह बेशकीमती सुहावना समा प्राप्त होया है। आप जी ने गुरु के दर्शन दीदार करद्या गुरु की रचना तो गुरबाणी का मनोहर कीर्तन सरवण किया है। अज आप सारियां नूं विदित है कि नानक शाही संमत 556 नवें साल की आरंभता ਅਤੇ ਚੇਤ ਮਹੀਨੇ ਦੀ ਸੰਕ੍ਰਾਂਤ ਦਾ ਦਿਨ ਜਾਣਦੇ ਹੋਇਆਂ ਆਪ ਜੀ ਨੇ ਸਤਿਕਾਰ ਜੋ ਭਾਈ ਗੁਰਚੇਤਨ ਸਿੰਘ ਜੀ ਉਹਨਾਂ ਪਾਸੋਂ ਆਰੰਭ ਹੋਏ ਮਹੀਨੇ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਅਰਦਾਸ ਬੇਨਤੀ ਉਪਰੰਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਤਿੰਨਾਂ ਦੀ ਰਸਨਾ ਉੱਤੇ ਉੱਤੋਂ ਉਚਰੇ ਹੋਏ ਪਾਵਨ ਬੋਲ ਹੁਕਮਨਾਮ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ। 83 ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਾਂ ਹੈ ਮੇਰੇ ਮਨਾਂ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਸਤਿਗੁਰੂ ਨੇ ਅਸੀਸ ਬਖਸ਼ਿਸ਼ ਕੀਤੀ ਹੈ ਔਰ ਸਾਨੂੰ ਅੱਜ ਪ੍ਰੇਰਿਆ ਹੈ ਕਿ ਉਹ ਸਦਾ ਕਾਇਮ ਰਹਿਣ ਵਾਲੇ ਮਾਲਕ ਵਾਹਿਗੁਰੂ ਦਾ ਨਾਮ ਜਪਿਆ ਕਰ ਲਾਭ ਕੀ ਹੋਏਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹਾਲਤ ਪਲਤ ਮੁੱਖ ਉਜਲ ਹੋਈ ਹੈ ਇਸ ਲੋਕ ਦੇ ਵਿੱਚ ਅਤੇ ਪ੍ਰਲੋਕ ਵਿੱਚ ਤੇਰਾ ਮੁੱਖ ਉਜਲਾ ਹੋਏਗਾ ਜੇ ਤੂੰ ਉਸ ਮਾਇਆ ਤੋਂ ਰਹਿਤ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪੇਗਾ। ਜਹਾਂ ਹਰ ਸਿਮਰਨ ਪਾਇਆ ਤਾਂ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕੌ ਗ੍ਰਹਿ ਮਤ ਦੀਨੀ ਜਪ ਹਰ ਭਵ ਜਲ ਤਰਨਾ। ਨਾਮ ਜਪ ਕੇ ਨਾਮ ਦੀ ਕਮਾਈ ਕੀਤਿਆਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ ਜਾ ਸਕਦਾ ਹੈ। ਸਤਿਗੁਰੂ ਨੇ ਅੱਜ ਦੇ ਵਿਸ਼ੇਸ਼ ਦਿਨ 'ਤੇ ਸਾਡਾ ਮਾਰਗ ਦਰਸ਼ਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਆਰੰਭ ਹੋਇਆ ਨਵਾਂ ਸਾਲ ਚੇਦਾਂ ਮਹੀਨਾ ਆਪ ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਨਾਮ ਜਪਦਿਆਂ ਸੁੱਖਾਂ ਭਰਿਆ ਬਤੀਤ ਕਰਾਉਣ। ਸਭਨਾਂ ਦੇ ਪਰਿਵਾਰਾਂ ਵਿੱਚ ਸਤਿਗੁਰੂ ਏਕਤਾ ਇਤਵਾਕ ਬਖਸ਼ਿਸ਼ ਕਰੇ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜੇ। ਸਮੁੱਚੇ ਖਾਲਸਾ ਪੰਥ ਵਿੱਚ ਏਕਤਾ ਇਤਵਾਕ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਤਸੰਗ ਦੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕੱਲ੍ਹ ਸ਼ੁੱਕਰਵਾਰ ਦਾ ਦਿਨ ਹੈ ਸ਼ਰਧਾਲੂ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਗੁਰੂ ਕੀ ਪਾਵਨ ਬਾਣੀ ਦੇ ਅਖੰਡ ਜਾਪ ਆਰੰਭ ਹੋਣਗੇ। ਜਿਨ੍ਹਾਂ ਦੇ ਭੋਗ ਐਤਵਾਰ ਨੂੰ 10 ਵਜੇ ਪੈਣਗੇ ਹਫ਼ਤਾਵਾਰੀ ਸਵੇਰ ਦਾ ਦੀਵਾਨ ਸਜੇਗਾ। ਸਾਰਿਆਂ ਨੇ ਲਾਹੇ ਪ੍ਰਾਪਤ ਕਰਨੇ ਜੀ। ਖਾਲਸਾ ਪੰਥ ਦਾ ਸਾਜਨਾ ਦਿਵਸ ਆ ਰਿਹਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ। ਇਸੇ ਸੰਬੰਧ ਵਿੱਚ ਜਿੱਥੇ ਆਪ ਮਿਲ ਬੈਠੇ ਹੋ ਸਵੇਰੇ 6 ਵਜੇ ਖੰਡੇ ਬਾਟ ਦੀ ਪਾਹੁਲ ਤਿਆਰ ਹੋਏਗੀ ਔਰ ਬੇਨਤੀ ਹੈ ਜਿਹੜੇ ਜੇ ਗੁਰੂ ਵਾਲੇ ਨਹੀਂ ਬਣੇ ਉਹਨਾਂ ਨੂੰ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਤੋਂ ਦਾਤ ਮੰਗੋ ਔਰ ਗੁਰੂ ਕੇ ਅੰਗ ਗੁਰੂ ਕੀ ਅਸੀਸ ਪ੍ਰਾਪਤ ਕਰੀਏ ਔਰ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਦੀਆਂ ਅਸੀਸਾਂ ਆਪਾਂ ਸਾਰੇ ਪ੍ਰਾਪਤ ਕਰੀਏ। ਇਹ ਬੇਨਤੀ ਹੈ ਕਿਉਂਕਿ ਸਾਰੇ ਗੁਰੂ ਕੇ ਸਿੱਖਾਂ ਲਈ ਜ਼ਰੂਰੀ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ ਜਦ ਅਸੀਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਾਂਗੇ। ਸਮੁੱਚੀ ਕੌਮ ਖਾਲਸਾ ਪੰਥ ਜਦੋਂ ਏਕਤਾ ਵਿੱਚ ਆਏਗਾ ਔਰ ਅੰਮ੍ਰਿਤਧਾਰੀ ਹੋਏਗਾ ਅਤੇ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਵਿੱਚ ਆਏਗਾ। ਸੋ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੁਣ ਸਮਾਪਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਇਸ ਵੇਲਾ ਬਾਣੀ ਦਾ ਪਾਠ ਹੋਏਗਾ, ਨਾਲ ਹੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਟਹਿਲ ਸੇਵਾ ਹੋਏਗੀ। ਸਤਿਗੁਰੂ ਆਪਣੇ ਸੁੱਖ ਸਥਾਨ 'ਤੇ ਜਾਣਗੇ। ਬੇਨਤੀ ਹੈ ਦੇਗ ਲੈ ਕੇ ਸਤਿਗੁਰੂ ਨੂੰ ਵਧਾਈ ਦੇ ਕੇ ਗੁਰੂ ਕਾ ਲੰਗਰ ਛਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਕਰਿਓ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।